ਜੈ ਸ਼ਿਵ ਜੀ। ਸਾਵਨ ਦੀ ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਜੈ ਬੋਲੇ ਡਾਕ ਕਾਵੜ ਸੰਘ ਫਿਰੋਜ਼ਪੁਰ ਵੱਲੋਂ ਪਹਿਲੀ ਵਾਰ ਫਿਰੋਜ਼ਪੁਰ ਸਿਟੀ ਦੇ ਵਿੱਚ ਗੋਮੁਖ ਤੋਂ ਪੈਦਲ ਡਾਕ ਕਾਵੜ ਯਾਤਰਾ ਬਹੁਤ ਧੂਮਧਾਮ ਨਾਲ ਲਿਆਉਂਦੀ ਜਾਈ ਹੈ। ਇਹ ਇੱਦਾਂ ਹਰ ਸਾਲ ਹੀ ਆਉਂਦੀ ਰਹੇਗੀ ਅਤੇ ਭੋਲਿਆਂ ਦੀ ਖੁਸ਼ੀ ਵੱਧਦੀ ਰਹੇਗੀ। ਅਸੀਂ ਇਹ ਕਾਵੜ ਲੈਣ ਮੈਂ ਇਹ ਸਾਡੀ 13ਵੀਂ ਕਾਵੜ ਯਾਤਰਾ ਹੈ ਜੋ ਕਿ ਹਰਿਦੁਆਰ ਤੋਂ ਫਿਰੋਜ਼ਪੁਰ ਸੀ। ਅਸੀਂ ਪਹਿਲੀ ਵਾਰੀ ਗੋਮੁਖ ਤੋਂ ਫਿਰੋਜ਼ਪੁਰ ਡਾਕ ਕਾਵੜ ਯਾਤਰਾ ਲਿਆਉਂਦੀ ਹੈ ਔਰ ਇਸ ਸਾਵਨ ਦੇ ਸ਼ਿਵਰਾਤਰੀ ਦੇ ਉੱਤੇ ਸਭ ਨੂੰ ਲੱਖ ਲੱਖ ਵਧਾਈ ਅਤੇ ਸਭ ਦੀਆਂ ਝੋਲੀਆਂ ਭੋਲਾ ਖੁਸ਼ੀਆਂ ਨਾਲ ਭਰੇ ਜੀ। ਜੈ ਭੋਲੇ ਜੀ। ਆ ਸ਼੍ਰਾਵਣ ਮਾਸ ਕੀ ਸ਼ਿਵਰਾਤਰੀ ਕਾ ਤਿਉਹਾਰ ਬੜੇ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਸਭੀ ਦੇਸ਼ ਮੇ ਭਾਰਤ ਵਾਸੀਓ ਮੇ ਖਾਸ ਕਰਕੇ ਸ਼੍ਰਾਵਣ ਜੋ ਮਾਸ ਹੈ ਭਗਵਾਨ ਸ਼ਿਵ ਕਾ ਮਾਸ ਹੈ ਭਗਵਾਨ ਸ਼ਿਵ ਕੋ ਅਤੀ ਪ੍ਰਿਯ ਹੈ ਇਸ ਲਈ ਸਭੀ ਭਗਤੋਂ ਮੇ ਕਿ ਸ਼੍ਰਾਵਣ ਮਾਸ ਕੀ ਬਹੁਤ ਬਹੁਤ ਵਧਾਈ ਦੇਤਾ ਹੂੰ। ਗੁਰੂ ਸ਼ੰਕਰ ਭਗਵਾਨ ਕੀ ਜੈ। ਜੈ ਸ਼ਿਵ ਜੀ। ਸਾਵਨ ਦੀ ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਜੈ ਬੋਲੇ ਡਾਕ ਕਾਵੜ ਸੰਘ ਫਿਰੋਜ਼ਪੁਰ ਵੱਲੋਂ ਪਹਿਲੀ ਵਾਰ ਫਿਰੋਜ਼ਪੁਰ ਸਿਟੀ ਦੇ ਵਿੱਚ ਗੋਮੁਖ ਤੋਂ ਪੈਦਲ ਡਾਕ ਕਾਵੜ ਯਾਤਰਾ ਬਹੁਤ ਧੂਮਧਾਮ ਨਾਲ ਲਿਆਉਂਦੀ ਜਾਈ ਹੈ। ਇਹ ਇੱਦਾਂ ਹਰ ਸਾਲ ਹੀ ਆਉਂਦੀ ਰਹੇਗੀ ਅਤੇ ਭੋਲਿਆਂ ਦੀ ਖੁਸ਼ੀ ਵੱਧਦੀ ਰਹੇਗੀ। ਅਸੀਂ ਇਹ ਕਾਵੜ ਲੈਣ ਮੈਂ ਇਹ ਸਾਡੀ 13ਵੀਂ ਕਾਵੜ ਯਾਤਰਾ ਹੈ ਜੋ ਕਿ ਹਰਿਦੁਆਰ ਤੋਂ ਫਿਰੋਜ਼ਪੁਰ ਸੀ। ਅਸੀਂ ਪਹਿਲੀ ਵਾਰੀ ਗੋਮੁਖ ਤੋਂ ਫਿਰੋਜ਼ਪੁਰ ਡਾਕ ਕਾਵੜ ਯਾਤਰਾ ਲਿਆਉਂਦੀ ਹੈ ਔਰ ਇਸ ਸਾਵਨ ਦੇ ਸ਼ਿਵਰਾਤਰੀ ਦੇ ਉੱਤੇ ਸਭ ਨੂੰ ਲੱਖ ਲੱਖ ਵਧਾਈ ਅਤੇ ਸਭ ਦੀਆਂ ਝੋਲੀਆਂ ਭੋਲਾ ਖੁਸ਼ੀਆਂ ਨਾਲ ਭਰੇ ਜੀ। ਜੈ ਭੋਲੇ ਜੀ। ਆ ਸ਼੍ਰਾਵਣ ਮਾਸ ਕੀ ਸ਼ਿਵਰਾਤਰੀ ਕਾ ਤਿਉਹਾਰ ਬੜੇ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਸਭੀ ਦੇਸ਼ ਮੇ ਭਾਰਤ ਵਾਸੀਓ ਮੇ ਖਾਸ ਕਰਕੇ ਸ਼੍ਰਾਵਣ ਜੋ ਮਾਸ ਹੈ ਭਗਵਾਨ ਸ਼ਿਵ ਕਾ ਮਾਸ ਹੈ ਭਗਵਾਨ ਸ਼ਿਵ ਕੋ ਅਤੀ ਪ੍ਰਿਯ ਹੈ ਇਸ ਲਈ ਸਭੀ ਭਗਤੋਂ ਮੇ ਕਿ ਸ਼੍ਰਾਵਣ ਮਾਸ ਕੀ ਬਹੁਤ ਬਹੁਤ ਵਧਾਈ ਦੇਤਾ ਹੂੰ। ਗੁਰੂ ਸ਼ੰਕਰ ਭਗਵਾਨ ਕੀ ਜੈ। ਜੈ ਸ਼ਿਵ ਜੀ। ਸਾਵਨ ਦੀ ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਜੈ ਬੋਲੇ ਡਾਕ ਕਾਵੜ ਸੰਘ ਫਿਰੋਜ਼ਪੁਰ ਵੱਲੋਂ ਪਹਿਲੀ ਵਾਰ ਫਿਰੋਜ਼ਪੁਰ ਸਿਟੀ ਦੇ ਵਿੱਚ ਗੋਮੁਖ ਤੋਂ ਪੈਦਲ ਡਾਕ ਕਾਵੜ ਯਾਤਰਾ ਬਹੁਤ ਧੂਮਧਾਮ ਨਾਲ ਲਿਆਉਂਦੀ ਜਾਈ ਹੈ। ਇਹ ਇੱਦਾਂ ਹਰ ਸਾਲ ਹੀ ਆਉਂਦੀ ਰਹੇਗੀ ਅਤੇ ਭੋਲਿਆਂ ਦੀ ਖੁਸ਼ੀ ਵੱਧਦੀ ਰਹੇਗੀ। ਅਸੀਂ ਇਹ ਕਾਵੜ ਲੈਣ ਮੈਂ ਇਹ ਸਾਡੀ 13ਵੀਂ ਕਾਵੜ ਯਾਤਰਾ ਹੈ ਜੋ ਕਿ ਹਰਿਦੁਆਰ ਤੋਂ ਫਿਰੋਜ਼ਪੁਰ ਸੀ। ਅਸੀਂ ਪਹਿਲੀ ਵਾਰੀ ਗੋਮੁਖ ਤੋਂ ਫਿਰੋਜ਼ਪੁਰ ਡਾਕ ਕਾਵੜ ਯਾਤਰਾ ਲਿਆਉਂਦੀ ਹੈ ਔਰ ਇਸ ਸਾਵਨ ਦੇ ਸ਼ਿਵਰਾਤਰੀ ਦੇ ਉੱਤੇ ਸਭ ਨੂੰ ਲੱਖ ਲੱਖ ਵਧਾਈ ਅਤੇ ਸਭ ਦੀਆਂ ਝੋਲੀਆਂ ਭੋਲਾ ਖੁਸ਼ੀਆਂ ਨਾਲ ਭਰੇ ਜੀ। ਜੈ ਭੋਲੇ ਜੀ। ਆ ਸ਼੍ਰਾਵਣ ਮਾਸ ਕੀ ਸ਼ਿਵਰਾਤਰੀ ਕਾ ਤਿਉਹਾਰ ਬੜੇ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਸਭੀ ਦੇਸ਼ ਮੇ ਭਾਰਤ ਵਾਸੀਓ ਮੇ ਖਾਸ ਕਰਕੇ ਸ਼੍ਰਾਵਣ ਜੋ ਮਾਸ ਹੈ ਭਗਵਾਨ ਸ਼ਿਵ ਕਾ ਮਾਸ ਹੈ ਭਗਵਾਨ ਸ਼ਿਵ ਕੋ ਅਤੀ ਪ੍ਰਿਯ ਹੈ ਇਸ ਲਈ ਸਭੀ ਭਗਤੋਂ ਮੇ ਕਿ ਸ਼੍ਰਾਵਣ ਮਾਸ ਕੀ ਬਹੁਤ ਬਹੁਤ ਵਧਾਈ ਦੇਤਾ ਹੂੰ। ਗੁਰੂ ਸ਼ੰਕਰ ਭਗਵਾਨ ਕੀ ਜੈ।